send us sponsor kindly ya koi feedback den layi call kar sakte ho at 604-773-4258 or 604-825-7020. ਕਬੱਡੀ ਨੂੰ ਪੰਜਾਬੀ ਬਹੁਤ ਪਸੰਦ ਕਰਦੇ ਹਨ ਅਤੇ ਇਹ ਖੇਡ ਬਹੁਤ ਜੋਸ਼ ਅਤੇ ਹਿੰਮਤ ਦੇ ਨਾਲ ਖੇਡੀ ਜਾਂਦੀ ਹੈ ਪਰ ਵਧੀਆ ਕਮੈਂਟਰੀ ਦੇ ਨਾਲ ਕਬੱਡੀ ਬਹੁਤ ਐਂਟਰਟੇਨਿੰਗ ਹੋ ਜਾਂਦੀ ਹੈ ਕਬੱਡੀ ਦੇ ਇੱਕ ਬਹੁਤ ਪ੍ਰਸਿੱਧ ਕਮੈਂਟੇਟਰ ਦੇ ਨਾਲ ਅਸੀਂ ਅੱਜ ਇੱਕ ਐਕਸਕਲੂਸਿਵ ਇੰਟਰਵਿਊ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮੈਂ ਪ੍ਰੋਫੈਸਰ ਮੱਖਣ ਸਿੰਘ ਮੇਰਾ ਪਿੰਡ ਹਕੀਮਪੁਰ ਹੈ ਜੋ ਪੂਰੇਵਾਲ ਬਲਿਊ ਵੇਰੀ ਫਾਰਮ ਤੁਸੀਂ ਪੂਰੇਵਾਲ ਬ੍ਰਦਰ ਨੂੰ ਜਾਣਦੇ ਹੈ ਸੋ ਉਹਨਾਂ ਨੇ ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਕਿਉਂਕਿ ਉਹਨਾਂ ਨੇ ਟੂਰਨਾਮੈਂਟ ਜਿਹੜਾ ਆਪਣੇ ਪਿਤਾ ਦੀ ਯਾਦ ਦੇ ਵਿੱਚ ਸਰ ਹਰਬੰਸ ਸਿੰਘ ਪੂਰੇਵਾਲ ਦੀ ਯਾਦ ਦੇ ਵਿੱਚ ਟੂਰਨਾਮੈਂਟ ਕਰਵਾਉਣਾ ਸ਼ੁਰੂ ਕਰਤਾ ਉਸ ਟੂਰਨਾਮੈਂਟ ਦਾ ਗ੍ਰੇਡ ਅਪ ਹੋ ਗਿਆ ਉਹਦੇ ਵਿੱਚ ਬਾਹਰਲੇ ਖਿਡਾਰੀ ਬਾਹਰਲੇ ਔਰਗੇਨਾਈਜ਼ਰ ਆਉਂਦੇ ਰਹੇ ਔਰ ਮੈਨੂੰ ਇੱਕ ਪਲੇਟਫਾਰਮ ਮਿਲ ਗਿਆ ਔਰ ਮੇਰੇ ਉਸਤਾਦ ਜੀ ਪ੍ਰਿੰਸੀਪਲ ਸਰਬੰਸ ਸਿੰਘ ਜੀ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਹੈ ਔਰ ਬਲਵੀਰ ਸਿੰਘ ਜੀ ਕਮਲ ਵਰਗੇ ਇੰਟਰਨੈਸ਼ਨਲ ਲੇਖਕ ਸੋ ਸਾਰਿਆਂ ਦੇ ਬਹੁਤ ਸਹਿਯੋਗ ਦੇ ਨਾਲ ਸਰਦਾਰ ਜਸਦੇਵ ਸਿੰਘ ਜੀ ਮੇਰੇ ਜਿਵੇਂ ਕਹਿੰਦੇ ਹੁੰਦੇ ਆ ਵੀ ਉਹਨਾਂ ਦੇ ਅੰਦਾਜ਼ ਤੋਂ ਮੈਂ ਵੀ ਉਹਨਾਂ ਦਾ ਅੰਦਾਜ਼ ਜਿਹੜਾ ਆਪਣੀ ਇਸ ਕਮਿਊਨਿਟੀ ਵਿੱਚ ਵਰਤਿਆ ਪੰਜਾਬੀ ਦੁਨੀਆ ਵਿੱਚ ਜਿੱਥੇ ਵੀ ਜਾਂਦੇ ਹਨ ਆਪਣੀ ਮਾਂ ਖੇਡ ਕਬੱਡੀ ਨਾਲ ਲੈ ਕੇ ਜਾਂਦੇ ਹਨ ਅਤੇ ਕੋਈ ਵੀ ਖੇਡ ਵਧੀਆ ਕਮੈਂਟਰੀ ਤੋਂ ਬਗੈਰ ਸੁਣੀ ਸੁਣੀ ਲੱਗਦੀ ਹੈ ਅਤੇ ਕਬੱਡੀ ਦੀ ਕਮੈਂਟਰੀ ਕਰਨ ਲਈ ਸਾਡੇ ਕੋਲ ਬਹੁਤ ਵਧੀਆ ਕਮੈਂਟੇਟਰਸ ਹਨ ਅਤੇ ਇਹਨਾਂ ਵਿੱਚੋਂ ਮੱਖਣ ਸਿੰਘ ਦਾ ਨਾਂ ਬੜੇ ਸਤਿਕਾਰ ਨਾਲ ਲਿਆ ਜਾ ਸਕਦਾ ਹੈ ਮੈਚ ਤੇ ਸਾਹਮਣੇ ਦਿਸ ਹੀ ਰਿਹਾ ਤੇ ਕਮਿਊਨਿਟੀ ਦਾ ਨਾਲ ਹੋਣਾ ਜਿਹੜਾ ਜਿਵੇਂ ਸਿਆਣੇ ਕਹਿੰਦੇ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਸੋ ਇਹ ਇੱਕ ਅਹਿਮ ਅੰਗ ਹੈ ਹਰ ਖੇਡ ਦੇ ਵਿੱਚ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਸਰਦਾਰ ਜਸਦੇਵ ਸਿੰਘ ਜੀ ਹਾਕੀ ਦੇ ਕਮੈਂਟੇਟਰ ਜਾਂ ਤੁਹਾਡੇ ਇਹਨਾਂ ਦੇਸ਼ਾਂ ਦੇ ਬਾਕੀ ਕਮੈਂਟੇਟਰ ਜਿਹੜੇ ਰੋਲ ਪਲੇ ਕਰਦੇ ਨੇ ਅਤੇ ਕਬੱਡੀ ਦੇ ਵਿੱਚ ਵੀ ਇਸ ਵੇਲੇ ਕਾਫੀ ਕਮੈਂਟੇਟਰ ਜਿਹੜੇ ਆ ਪੰਜਾਬ ਯੂਰਪ ਆਸਟ੍ਰੇਲੀਆ ਕੋਂਟੀਨੈਂਟ ਨੌਰਥ ਅਮਰੀਕਾ ਦੇ ਵਿੱਚ ਇੰਗਲੈਂਡ ਦੇ ਵਿੱਚ ਰੋਲ ਨਿਭਾ ਰਹੇ ਆ ਜੋ ਕਿ ਇਹਨਾਂ ਮੈਚਾਂ ਦਾ ਇੱਕ ਜ਼ਰੂਰੀ ਅੰਗ ਬਣ ਚੁੱਕੀ ਹੈ ਮੱਖਣ ਸਿੰਘ ਦੀ ਕਮੈਂਟਰੀ ਵਿੱਚ ਖਿਡਾਰੀਆਂ ਬਾਰੇ ਉਹਨਾਂ ਦੇ ਪਿਛੋਕੜ ਪਿੰਡ ਅਤੇ ਦੂਜੇ ਟੂਰਨਾਮੈਂਟਸ ਵਿੱਚ ਦਿਖਾਈ ਗਈ ਕਾਰਗੁਜ਼ਾਰੀ ਤੇ ਵੀ ਨਜ਼ਰ ਮਾਰੀ ਜਾਂਦੀ ਹੈ ਜੋ ਜੋ ਕੁਐਸਚਨ ਦਰਸ਼ਕਾਂ ਦੇ ਮਨਾਂ ਵਿੱਚ ਉੱਠਦੇ ਨੇ ਕੌਣ ਆ ਇਹ ਕਿਹੜੇ ਜ਼ਿਲ੍ਹੇ ਦਾ ਅੱਗੇ ਆਇਆ ਸੀ ਕਿ ਨਹੀਂ ਆਇਆ ਸੀ ਇਹ ਕਿਹੜੀ ਕਲੱਬ ਲਈ ਪੰਜਾਬ 'ਚ ਖੇਡਦਾ ਕਿਹੜੀ ਫੈਡਰੇਸ਼ਨ ਦੇ ਅੰਡਰ ਖੇਡਦਾ ਅਤੇ ਨੌਜਵਾਨ ਕਿਹੜੇ ਟੂਰਨਾਮੈਂਟ 'ਚ ਬੈਸਟ ਆਇਆ ਉਹਨਾਂ ਦੇ ਕੁਐਸਚਨਾਂ ਦੇ ਜਵਾਬ ਜਿਹੜੇ ਆ ਅੰਦਰ ਉੱਠਦੇ ਹਾਵ ਭਾਵ ਜਿਹੜੇ ਉਹਨਾਂ ਦੇ ਜਵਾਬ ਕਮੈਂਟੇਟਰ ਜਿਹੜਾ ਦੇ ਹੀ ਆ ਰਿਹਾ ਇਸ ਕਰਕੇ ਉਹ ਬੜਾ ਇੰਜੋਏ ਕਰਦੇ ਨੇ ਕਬੱਡੀ ਦੇ ਖੇਡ ਮੈਦਾਨ ਦੀਆਂ ਰੌਣਕਾਂ ਵਿੱਚ ਚਾਰ ਚੰਦ ਲਗਾਉਣ ਲਈ ਮੱਖਣ ਸਿੰਘ ਆਪਣੀ ਕਮੈਂਟਰੀ ਨੂੰ ਦਿਲਕਸ਼ ਅੰਦਾਜ਼ ਵਿੱਚ ਪੇਸ਼ ਕਰਦਾ ਹੈ ਕਿਉਂਕਿ ਇਹਦੇ ਵਿੱਚ ਅਥਲੈਟਿਕਸ ਵੀ ਹੈ ਇਹਦੇ ਵਿੱਚ ਜੂਡੋ ਵੀ ਹੈ ਇਹਦੇ ਵਿੱਚ ਕਰਾਟੇ ਵੀ ਹੈ ਇਹਦੇ ਵਿੱਚ ਰੈਸਲਿੰਗ ਵੀ ਹੈ ਇਹਦੇ ਵਿੱਚ ਬਹੁਤ ਸਾਰੀਆਂ ਖੇਡਾਂ ਨੇ ਸਾਡੀ ਰੈਸਲਿੰਗ ਸਾਰੀਆਂ ਖੇਡਾਂ ਦਾ ਮਿਸ਼ਰਣ ਹੈ ਮਾਂ ਜਿਵੇਂ ਇੱਕ ਬਹੁਤ ਸਾਰੇ ਗੁਣਾਂ ਦਾ ਮਿਸ਼ਰਣ ਹੁੰਦੀ ਹੈ ਸੋ ਸਾਡੀ ਇਹ ਮਦਰ ਗੇਮ ਹੈ ਜਿਹਨੂੰ ਪੰਜਾਬੀ ਲਵ ਕਰਦੇ ਨੇ ਲਾਈਕ ਕਰਦੇ ਨੇ ਔਰ ਜਿਹੜੀ ਜ਼ੋਰ ਜਵਾਨੀ ਦੀ ਕਬੱਡੀ ਹੈ ਜ਼ੋਰ ਤੇ ਜਵਾਨੀ ਯਾਰ ਉਮਰਾਂ ਦੀ ਖੇਡ ਹੈ ਇਹਦੇ ਵਿੱਚ ਹੁੰਦਾ ਯਾਰ ਉਸਾਨਾ ਵਾਲਾ ਪੀੜੇ ਮੱਖਣ ਸਿੰਘ ਦੇ ਅਨੁਸਾਰ ਦੂਰ ਦੁਰਾਡੇ ਦੇ ਲੋਕਾਂ ਤੱਕ ਅੱਖੀਂ ਦੇਖੇ ਹਾਲ ਦਾ ਵਰਣਨ ਕਰਕੇ ਉਸ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਤੁਸੀਂ ਵੇਖਿਆ ਹੋਣਾ ਕੋਈ ਜਹਾਜ਼ ਜਾ ਰਿਹਾ ਸੀ ਕੋਈ ਪੰਛੀ ਸੀ ਜਾਂ ਕੋਈ ਫਾਇਰ ਬ੍ਰਿਗੇਡ ਦਾ ਟਰੱਕ ਜਾ ਰਿਹਾ ਸੀਗਾ ਇਹ ਕਿੱਥੇ ਗਿਆ ਲੋਕੇਸ਼ਨ ਕੀ ਆ ਸੋ ਸਾਰੀਆਂ ਗੱਲਾਂ ਜਿਹੜੀਆਂ ਸਾਂਝੀਆਂ ਕਰਨੀਆਂ ਪੈਂਦੀਆਂ ਕਿਉਂਕਿ ਆਪਾਂ ਸਾਰੇ ਜਾਣਦੇ ਹੁੰਦੇ ਹਾਂ ਪਰ ਜਦੋਂ ਇਹ ਵੀਡੀਓ ਫਿਲਮ ਦੇ ਵਿੱਚ ਬਣ ਕੇ ਦੂਰ ਜਾਣੀਆਂ ਨੇ ਉਹ ਲੋਕ ਵੀ ਇੰਜੋਏ ਕਰਦੇ ਆ ਵੀ ਇਹ ਸਿਚੁਏਸ਼ਨ ਕੀ ਸੀ ਮੌਸਮ ਕਿਹੋ ਜਿਹਾ ਸੀ ਹੁਣ ਇੱਥੇ ਦਾ ਦਰਸ਼ਕ ਤਾਂ ਇਹ ਕਹਿ ਸਕਦਾ ਵੀ ਮੌਸਮ ਬਾਰੇ ਸਾਨੂੰ ਪਤਾ ਹੀ ਆ ਕਿਹੋ ਜਿਹੀ ਧੁੱਪ ਹੈ ਕਿਹੋ ਜਿਹੀ ਗਰਾਉਂਡ ਹੈ ਪਰ ਇਹ ਰਿਕਾਰਡ ਹੋਣੀ ਆ ਆਉਣ ਵਾਲੇ ਸਮੇਂ ਦੀ ਹਿਸਟਰੀ ਬਣਨੀ ਹੈ ਇੱਥੇ ਲਾਇਬ੍ਰੇਰੀਆਂ 'ਚ ਜਾਣੀ ਆ ਅਤੇ ਉਹ ਲੋਕ ਜਿਹੜੇ ਆ ਇੰਜੋਏ ਕਰਦੇ ਫਿਰ ਨਾਲ ਨਾਲ ਗੋਲਡੀ ਢਿੱਲੋਂ ਪੰਜਾਬੀ ਸਪੋਰਟਸ ਸਰੀ